ਪੰਡਾਲ ਦੇ ਵਿੱਚ ਵਿਰਾਜਮਾਨ ਪਤਵੰਤੇ ਸੱਜਣੋ, ਨੌਜਵਾਨ ਦੋਸਤੋ, ਬਜ਼ੁਰਗੋ, ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਸੋ ਮੈਂ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਨਵਾਣੇ ਜਿਹੇ ਕਲਾਕਾਰਾਂ ਨੂੰ ਤੁਹਾਡੇ ਰੱਬ ਰੂਹਾਂ ਦੇ ਦਰਸ਼ਨ ਕਰਵਾਏ ਨੇ। ਔਰ ਇਹਦੇ ਨਾਲ ਹੀ ਧੰਨਵਾਦ ਕਰਦਾ ਸਾਡੇ ਜਗਦੇਵ ਟਹਿਣਾ ਜੀ, ਵੰਜਲੀ ਪ੍ਰੋਗਰਾਮ ਜਿਹੜਾ ਤੁਸੀਂ ਅਕਸਰ ਹੀ ਆਪਣੇ ਟੀ ਵੀ ਚੈਨਲਾਂ 'ਤੇ ਦੇਖਦੇ ਹੋ, ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਸੀ ਬੱਬੂ ਆਈ, ਉਹ ਵੀ ਸਟੇਜ 'ਤੇ ਬਿਰਾਜਮਾਨ ਨੇ। ਮੇਰੇ ਸਤਿਕਾਰਯੋਗ ਮਜੀਸ਼ੀਅਨ ਵੀਰ, ਸਾਡਾ ਸੰਗੀਤ ਪਰਿਵਾਰ ਹੈ, ਇਹਨਾਂ ਦੇ ਨਾਲ ਵੀ ਇੱਕ ਤਾੜੀ ਮਾਰ ਦਿਓ ਜ਼ੋਰ ਨਾਲ, ਬੜੀ ਮਿਹਰਬਾਨੀ। ਸਾਡੇ ਸੈਕਟਰੀ ਸਾਹਿਬ ਬਹੁਤ ਹੀ ਸਤਿਕਾਰਯੋਗ ਵੀਰ ਨੇ, ਉਹਨਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਲਓ, ਜ਼ਿਆਦਾ ਗੱਲਾਂ ਨਾ ਕਰਦੇ ਹੋਏ ਗੀਤਾਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਾਂ। ਪੀਰ ਬਾਬਾ ਸ਼ੇਖ ਸ਼ਾਹ ਬਲੀ ਜੀ, ਉਹਨਾਂ ਦੀ ਦਰਗਾਹ ਦੇ ਉੱਤੇ ਇਕੱਤਰ ਹੋਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਤੁਸੀਂ ਅਕਸਰ ਹੀ ਸਾਡੇ ਦੁਗਾਣੇ ਆਪਣੇ ਟੀ ਵੀ ਚੈਨਲ ਰਾਹੀਂ ਦੇਖਦੇ ਹੋ ਔਰ ਸੁਣਦੇ ਹੋ, ਉਹੀ ਗੀਤ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ। ਕੁਝ ਨਵੇਂ ਗੀਤ, ਕੁਝ ਪੁਰਾਣੇ ਗੀਤ, ਜਿਵੇਂ ਸਮਾਂ ਇਜਾਜ਼ਤ ਦੇਊਗਾ ਤੁਹਾਡੀ ਸੇਵਾ ਕਰਾਂਗੇ। ਮੇਰੇ ਤੋਂ ਬਾਅਦ ਸਤਿਕਾਰਯੋਗ ਬਿੱਟੂ ਖੰਨੇਵਾਲਾ ਜੀ, ਮੈਂ ਸੁਰਮਣੀ ਜੀ, ਭਾਈ ਸ਼ੀਰਾ ਬੋੜਾ ਵਾਲੀ ਆ, ਉਹ ਵੀ ਰੈਡੀ ਨੇ। ਲਓ, ਪ੍ਰੋਗਰਾਮ ਸ਼ੁਰੂ ਕਰਨ ਲੱਗੇ ਤੁਹਾਡੀ ਸੇਵਾ 'ਚ। ਇਹ ਗੀਤ ਕੁਝ ਇਸ ਤਰ੍ਹਾਂ ਦਾ, ਘਰ ਦੀ ਪਰਿਵਾਰਕ ਸਟੋਰੀ ਹੈ। ਇੱਕ ਘਰ ਦੇ ਵਿੱਚ 6 ਭਾਈ ਹੁੰਦੇ ਆ, ਇੱਕ ਦਾ ਵਿਆਹ ਹੋ ਜਾਂਦਾ ਅਤੇ 5 ਛੜੇ ਰਹਿ ਜਾਂਦੇ ਆ। ਜਿਹੜੇ ਦਾ ਵਿਆਹ ਹੋ ਜਾਂਦਾ ਉਹ ਟਾਈਮ ਪਾ ਕੇ ਘਰ ਸੰਤਾਨ ਪੈਦਾ ਹੋ ਜਾਂਦੀ ਹੈ, ਕਾਕਾ ਪੜ੍ਹ ਲਿਖ ਕੇ ਜਵਾਨ ਹੋ ਜਾਂਦਾ, ਬੱਚੇ ਦੀ ਸ਼ਾਦੀ ਕਰ ਦਿੰਦੇ, ਘਰੇ ਨੂੰਹ ਰਾਣੀ ਆ ਜਾਂਦੀ ਹੈ, ਘਰੇ ਨੂੰਹ ਰਾਣੀ ਆ ਜਾਂਦੀ ਹੈ। ਕਈ ਦਿਨ ਬੀਤਦੇ ਆਪਣੇ ਘਰੇ ਨਾਲ ਕੁਝ ਗੱਲਾਂ ਕਰਦੀ, ਆਪਣੇ ਪਤੀ ਦੇਵ ਨਾਲ ਕਹਿੰਦੀ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, ਕਹਿੰਦਾ ਭਲੀਏ ਲੋਕੇ ਕੀ। ਉਹ ਕਹਿੰਦੀ ਮੰਨ ਲਓ ਵੀ ਉਹ ਤਾਂ ਆਪਣੇ ਬਾਪੂ ਜੀ ਆ, ਜਿਹੜੇ ਆ 5 ਬਾਬੇ ਤੁਰੇ ਫਿਰਦੇ, ਇਹਨਾਂ ਦਾ ਕੀ ਪ੍ਰੋਗਰਾਮ ਹੈ, ਇਹਨਾਂ ਬਾਰੇ ਮੈਨੂੰ ਚਾਨਣਾ ਪਾਓ। ਲਓ, ਹੁਣ ਦੋਨੇ ਮੀਆਂ ਬੀਬੀ ਆਪਸ ਵਿੱਚ ਬੈਠ ਕੇ ਗੱਲਾਂ ਕਰਦੇ ਆ, ਘਰ ਵਾਲਿਆਂ ਨੂੰ ਕੀ ਜਵਾਬ ਦਿੰਦਾ, ਘਰ ਵਾਲੀ ਕੀ ਪੁੱਛਦੀ ਹੈ, ਸੁਣੇ ਜ਼ਰਾ ਗੌਰ ਨਾਲ। ਪੇਸ਼ ਕਰਨ ਲੱਗੇ ਹਾਂ ਬੜਾ ਹੀ ਖੂਬਸੂਰਤ ਦੁਕਾਨ ਤੁਹਾਡੀ ਸੇਵਾ 'ਚ, ਸੁਣੇ ਜ਼ਰਾ ਗੌਰ ਨਾਲ।
ਹੋ ਗਏ ਨੇ ਕਾਫੀ ਸਾਲ ਕੁੜੇ ਗਲੀਏ ਤੋਂ ਬਣ ਗਈ, ਹੋ ਗਏ ਨੇ ਕਾਫੀ ਸਾਲ ਕੁੜੇ ਗਲੀਏ ਤੋਂ ਬਣ ਗਈ ਦਾਲ ਕੁੜੇ ਕੀ ਲੈਣਾ ਛੱਡ ਖਿਆਲ ਕੁੜੇ ਤੂੰ ਰਾਮ ਦੀ ਲੀਲਾ ਵੇਖੀ ਜਾ ਸਾਰੇ ਹੀ ਬਾਪੂ ਲੱਗਦੇ ਨੇ ਉਹਨੂੰ ਕੇ ਮੱਥਾ ਟੇਕੀ ਜਾ ਸਾਰੇ ਬਾਪੂ ਲੱਗਦੇ ਨੇ ਉਹਨੂੰ ਕੇ ਮੱਥਾ ਟੇਕੀ ਜਾ ਕਾਫੀ ਸਾਲ ਕੁੜੇ ਦਲੀਏ ਤੋਂ ਬਣ ਗਈ, ਦਲੀਏ ਤੋਂ ਬਣ ਗਈ ਦਾਲ ਕੁੜੇ ਕੀ ਲੈਣਾ ਛੱਡ ਖਿਆਲ ਕੁੜੇ ਤੂੰ ਰਾਮ ਦੀ ਲੀਲਾ ਵੇਖੀ ਜਾ ਸਾਰੇ ਹੀ ਬਾਪੂ ਲੱਗਦੇ ਨੇ ਨਿਉਂ-ਨਿਉਂ ਕੇ ਮੱਥਾ ਟੇਕੀ ਜਾ ਸਾਰੇ ਬਾਪੂ ਲੱਗਦੇ ਨੇ ਨਿਉਂ-ਨਿਉਂ ਕੇ ਮੱਥਾ ਟੇਕੀ ਜਾ ਡੰਗਰ ਬੱਚਾ ਸਾਂਭਣ ਲਈ ਸਭ ਬਿਨ ਤਨਖਾਹੋਂ ਫੌਜਾਂ ਨੇ ਕੰਡਾਂ ਦੀਆਂ ਚਾਹਾਂ ਪਿਆ ਪਿਆ ਕੇ ਕੰਡਾਂ ਦੀਆਂ ਚਾਹਾਂ ਪਿਆ ਪਿਆ ਕੇ ਭਾਦੂ ਦੀ ਖੱਟੀ ਵੇਖੀ ਜਾ ਸਾਰੇ ਹੀ ਬਾਪੂ ਲੱਗਦੇ ਨੇ ਨਿਉਂ-ਨਿਉਂ ਕੇ ਮੱਥਾ ਟੇਕੀ ਜਾ ਸਾਰੇ ਬਾਪੂ ਲੱਗਦੇ ਨੇ ਨਿਉਂ-ਨਿਉਂ ਕੇ ਮੱਥਾ ਟੇਕੀ ਜਾ ਮੱਥਾ ਟੇਕੀ ਜਾ ਤਾੜੀਆਂ ਬਾਰੇ ਕੀ ਖਿਆਲ ਹੈ? ਹਾਂ, ਤਾੜੀ ਜ਼ਰੂਰ ਮਾਰ ਦਿਓ ਕਿਉਂਕਿ ਕਲਾਕਾਰ ਦੀ ਹੌਸਲਾ ਅਫਜ਼ਾਈ ਹੁੰਦੀ ਹੈ, ਥੋੜ੍ਹਾ ਜਿਹਾ ਕਰੰਟ ਮਿਲਣ ਲੱਗ ਜਾਂਦਾ। ਸਬੋਧਰੀ ਨਹੀਂ ਹੈ ਸਾਡੇ ਧੰਨ ਧੰਨ ਬਾਬਾ ਸ਼ੇਖ ਸ਼ਾਹ ਵਲੀ ਪਿੰਡ ਲਖਮੀਰਪੁਰਾ ਦੇ ਮੁੱਖ ਸੇਵਾਦਾਰ ਸ਼ਮਸ਼ੇਰ ਜੀ, ਸ਼ਮਸ਼ੇਰ ਸਿੰਘ ਜੀ, ਜਿਨ੍ਹਾਂ ਵੱਲੋਂ ਸਾਡੀ ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਸਕਰ ਮਿਲਿਆ ਹੈ। ਸਰਦਾਰ ਸੁਖਜਿੰਦਰ ਸਿੰਘ ਜੀ 500 ਰੁਪਏ ਮਾਨ ਕਰਕੇ ਗਏ ਨੇ, ਸਹਰਜਿੰਦਰ ਸਿੰਘ ਜੀ ਉਹਨਾਂ ਵੱਲੋਂ 500 ਰੁਪਏ ਦਾ ਮਾਨਸਕਾਰ ਹੈ। ਹੋਰ ਜਿਹਨਾਂ ਮਹਾਨ ਸਿੰਘ ਨੇ ਮਾਨ ਭੇਜਿਆ ਉਹਨਾਂ ਦੇ ਵਿਚਾਰ ਤੋਂ ਧੰਨਵਾਦ ਕਰਦੇ ਹਾਂ। ਆਹ ਉਹੀ ਆਵਾਜ਼, ਉਹੀ ਅੰਦਾਜ਼ ਭਾਈ ਜਸਵੰਤ ਪਾਪੂ ਜੀ। ਹਾਂ
ਪੂਰੀ ਰੋਟੀਆਂ। ਜਿਸ ਗੀਤ ਨੂੰ ਤੁਸੀਂ ਆਪਣੇ ਟੀਵੀ ਚੈਨਲ ਤੇ ਬੜਾ ਸੁਣਿਆ ਔਰ ਦੇਖਿਆ, ਬੜਾ ਪਿਆਰ ਦਿੱਤਾ, ਇੱਕ ਘਰ ਦੀ ਕਹਾਣੀ ਹੈ। ਅਕਸਰ ਹੀ ਆਪਣੇ ਘਰਾਂ ਦੇ ਵਿੱਚ ਮੀਆਂ ਬੀਬੀ ਦੀ ਤੂੰ ਤੂੰ ਮੈਂ ਹੋ ਜਾਂਦੀ ਹੈ, ਛੋਟੀ ਛੋਟੀ ਗੱਲ ਤੇ ਨੋਕ ਝੋਕ ਹੋ ਜਾਂਦੀ ਹੈ। ਖਾਈ ਬੇਬੇ ਦੀਆਂ ਪੱਕੀਆਂ ਤੰਦੂਰੀ ਰੋਟੀਆਂ ਲਾਉਣੇ ਆਉਂਦੇ ਆ ਪਰੌਣੇ ਤਿੰਨ ਖੁੰਝੇ ਜੱਟ ਨੂੰ। ਘਰਵਾਲੀ ਆਪਣੇ ਘਰਵਾਲੇ ਨੂੰ ਦਬਕਾ ਮਾਰਦੀ ਹੈ, ਕਹਿੰਦੀ ਤੂੰ ਹਮੇਸ਼ਾ ਆਪਣੀ ਮਾਂ ਦਾ ਪੱਖ ਪੂਰਦਾ, ਮੇਰਾ ਪੱਖ ਨਹੀਂ ਪੂਰਦਾ, ਮੈਂ ਚੱਲੀ ਪੇਕਿਆਂ ਨੂੰ, ਨਿੱਕੇ ਨਿਆਣੇ ਹੁਣ ਤੂੰ ਆਪ ਸੰਭਾਲੀ। ਅੱਗੋਂ ਘਰਵਾਲਾ ਬਣਾ ਲਈ ਅਲੇ ਖੋਰ ਹੈ, ਗੁੱਸੇ ਖੋਰ ਹੈ, ਕਹਿੰਦਾ ਜਾਨੀ ਹੈ ਤਾਂ ਜਾ ਜੱਟ ਨੂੰ ਵੀ ਢੇਡੇ ਲਾਉਣੇ ਆਉਂਦੇ ਆ। ਤੁਸੀਂ ਬਾਈ ਜੀ ਆਪ ਸਿਆਣੇ ਹੋ, ਜਦੋਂ ਘਰਵਾਲੀ ਘਰਵਾਲੇ ਨਾਲ ਨਾਰਾਜ਼ ਹੋ ਜਾਏ ਤੇ ਲੜਕੇ ਤਾਂ ਫਿਰ ਵਿੰਗੀਆਂ ਟੇਢੀਆਂ ਪੱਕਦੀਆਂ, ਸਿੱਧੀਆਂ ਤਾਂ ਪੱਕਦੀਆਂ ਨਹੀਂ। ਇਹ ਖਾਸ ਕਰਕੇ ਮੇਰੀਆਂ ਤੇਰੇ ਭੈਣਾਂ ਬੈਠੀਆਂ, ਇਹਨਾਂ ਦੇ ਸੁਣਨ ਵਾਲਾ ਗੀਤ ਹੈ, ਕਿਉਂ ਇਹ ਘਰ ਦੀ ਲੜਾਈ ਹੈ। ਲਓ ਪਿਛਕਲ ਲੱਗੇ ਸੁਣ ਰਹੇ ਗੌਰ ਛਪਾ ਕੇ ਨੇ ਤਾਂ ਮੇਰਾ ਦੁਖੀ ਕੀਤਾ ਚਿੱਤ, ਤੂੰ ਕਲੇ ਛਪਾ ਕੇ ਨੇ ਤਾਂ ਮੇਰਾ ਦੁਖੀ ਕੀਤਾ ਚਿੱਤ, ਹੁਣ ਚੜ ਜਾ ਤੂੰ ਲਾਰੀ ਆਉਂਦੀ ਬਿੰਦ ਝੱਟ ਨੂੰ ਨੀ ਲਾਉਣੇ ਆਉਂਦੇ ਆ, ਆਉਂਦੇ ਆ ਪਰੌਂਠੇ ਤਿੰਨ ਖੁੰਝੇ ਝੱਟ ਨੂੰ ਨੀ ਲਾਉਣੇ ਆਉਂਦੇ ਆ, ਲਾਉਣੇ ਆਉਂਦੇ ਆ ਪਰੌਂਠੇ ਤਿੰਨ ਖੁੰਝੇ ਝੱਟ ਨੂੰ ਨੀ ਲਾਉਣੇ ਆਉਂਦੇ ਆ। ਗਰੀਬੀ ਵਿੱਚ ਰਹਿ ਕੇ ਅਸੀਂ ਪਾਏ ਨੇ, ਗਰੀਬੀ ਵਿੱਚ ਰਹਿ ਕੇ ਅਸੀਂ ਪਾਏ ਨੇ, ਕਿੱਥੋਂ ਕਰੇ ਪੂਰੇ ਉਹ ਖਰਚ ਤੇਰੇ ਵਾਲੇ,
ਕਿੱਥੋਂ ਕਰੇ ਪੂਰੇ ਉਹ ਖਰਚ ਤੇਰੇ ਵਾਲੇ, ਕਿੱਥੋਂ ਕਰੇ ਪੂਰੇ ਉਹ ਖਰਚ ਤੇਰੇ ਵਾਲੇ, ਕੱਲ ਵੇਖ ਲਈ ਤੂੰ ਤਾਣੇ ਲਈ ਜਾਂਦੀ ਹੱਟ ਨੂੰ ਨੀ ਲਾਉਣੇ ਆਉਂਦੇ ਆ, ਆਉਂਦੇ ਆ ਕਰੋ ਕੇ ਤਿੰਨ ਖੁੰਜੇ ਜੱਟ ਨੂੰ ਨੀ ਲਾਉਣੇ ਆਉਂਦੇ ਆ, ਲਾਉਣੇ ਆਉਂਦੇ ਆ ਕਰੋ ਕੇ ਤਿੰਨ ਖੁੰਜੇ ਜੱਟ ਨੂੰ ਨੀ ਲਾਉਣੇ ਆਉਂਦੇ ਆ। ਬਗੈਰ ਸੰਭੂ ਸੋਨੂੰ ਮੋਨੂ ਕੌਣ, ਤੇਰੇ ਤੋਂ ਬਗੈਰ ਸੰਭੂ ਸੋਨੂੰ ਮੋਨੂ ਕੌਣ, ਤੇਰੇ ਤੋਂ ਬਗੈਰ ਸੰਭੂ ਰੋਡੂ ਪੋਡ ਕੌਣ, ਮਨ ਮੀਤੇ ਗਿੱਲ ਦੀ ਕਿਉਂ ਲੱਗੀ ਰੌਲਾ ਪਾਉਣ, ਮਨ ਮੀਤੇ ਗਿੱਲ ਦੀ ਕਿਉਂ ਲੱਗੀ ਰੌਲਾ ਪਾਉਣ, ਫੁੱਲਾਂ ਚੋਂ ਮਟਾ ਦੇ ਮੱਥੇ ਪਾਏ ਵੰਡੂ ਲਾਉਣੇ ਆਉਂਦੇ ਆ, ਆਉਂਦੇ ਆ ਕਰੋ ਕੇ ਜੀ। ਇੱਕ ਤਾੜੀ ਸਾਊਂਡ ਦੇ ਨਾਂ ਤੇ ਮਾਰ ਦਿਓ, ਬਹੁਤ ਵਧੀਆ ਸਾਊਂਡ। ਅੱਜ ਮੈਂ ਜਦੋਂ ਉੱਥੇ ਚੱਲਿਆ ਬਠਿੰਡੇ ਤੋਂ, ਮੇਰੇ ਮਨ ਦੇ ਵਿੱਚ ਇੱਕ ਡਰ ਸੀ ਬਾਈ ਸਾਜੀ ਪਤਾ ਨਹੀਂ, ਕਿਉਂਕਿ ਮੈਂ ਆਪਦੀ ਸਾਜੀ ਲੈ ਕੇ ਨਹੀਂ ਆਇਆ, ਸਾਜੀ ਪਤਾ ਨਹੀਂ ਕਿੱਦਾਂ ਦੇ ਹੋਣਗੇ, ਪਰ ਬਾਈ ਜੀ ਸਹੁੰ ਰੱਬ ਦੀ ਮਜ਼ਾ ਆ ਗਿਆ, ਬਹੁਤ ਗੁਣੀ ਗਿਆਨੀ ਬੰਦੇ ਨੇ। ਅਤੇ ਇੱਕ ਤਾੜੀ ਮਾਰ ਦਿਓ ਜ਼ੋਰਦਾਰ ਇਹਨਾਂ ਵਾਸਤੇ, ਕਿਉਂਕਿ ਇਹ ਕਲਾਕਾਰ ਦੀ ਜਿੰਦ ਜਾਨ ਹੁੰਦੇ, ਪਰ ਹੁੰਦੇ ਆ ਕਲਾਕਾਰ ਨੂੰ ਉੱਪਰ ਉਡਾਉਣ ਵਾਲੇ ਵੀ ਹੁੰਦੇ ਅਤੇ ਥੱਲੇ ਵੀ ਕਰ ਦਿੰਦੇ ਆ, ਪਰ ਮੈਂ ਥੈਂਕ ਯੂ ਕਰਦਾ ਵੀਰ ਸਾਰੇ ਵੀਰਾਂ ਦਾ, ਬਹੁਤ ਅੱਛੇ ਮਿਊਜ਼ੀਸ਼ਨ ਆ, ਬਹੁਤ ਵਧੀਆ ਮਾਸਟਰ ਬੰਦੇ ਨੇ। ਲਓ ਬਹੁਤ ਸਾਰਾ ਮਾਨ 100 ਰੁਪਏ ਕਾਕਾ ਜੀ ਦੇ ਕੇ ਗਏ ਨੇ, ਤੇਰੇ ਤਰਬਾਦ ਕਰਦੇ ਹਾਂ, ਮਿਹਰਬਾਨੀ, ਸ਼ੁਕਰੀਆ। ਇੱਕ ਮੈਂ ਆਪਣੀ ਪਸੰਦੀਦਾ ਗੀਤ ਸਾਨੂੰ ਪੇਸ਼ ਕਰਨ ਲੱਗਿਆ, ਮੇਰੇ ਉਸਤਾਦ ਜੀ ਦਾ ਗਾਇਆ, ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡਾ ਹੁਕਮ ਹੋਊਗਾ ਮੈਂ ਮਾਸੀ ਦੇ ਪਿੰਡ ਦੀ ਕਿਹੜਾ ਵੋਟ ਬਣਾ ਲਈ ਵੇ, ਸਾਡੇ ਆਪਣੇ ਰਿਕਾਰਡ ਗੀਤ। ਇੱਕ ਗੀਤ ਮੈਂ ਆਪਣੀ ਪਸੰਦ ਦਾ ਪੇਸ਼ ਕਰਨ ਲੱਗਿਆ ਤੁਹਾਡੀ ਸੇਵਾ 'ਚ, ਡੰਡੀਆਂ ਦਾ ਪੀ ਕੇ ਸੁਲਫਾ ਤੇਰਾ ਵੈਲੀਆਂ ਦੇ ਨਾਲ ਮਿਲਾਗਾ, ਚੌਥਾ
ਪਿੰਡ ਜੀ ਖੰਡਾ ਸਾਹਿਬ 20 ਰੁਪਏ ਮਾਨ ਕਰਕੇ ਗਏ ਨੇ, ਤੈਨੂੰ ਧੰਨਵਾਦ ਕਰਦੇ ਹਾਂ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਨਸ਼ੇ ਦੀ ਲੋਰੇ ਹੋਣ ਦੇ ਜਰਾ ਕੱਟੀਏ, ਨਸ਼ੇ ਦੀ ਲੋਰੇ ਹੋਣ ਦੇ ਥੋੜਾ ਜਿਹਾ ਲਾ ਦੋ, ਕੱਟੀਏ ਨਸ਼ੇ ਦੀ ਲੋਰੇ ਹੋਣ ਦੇ ਜਰਾ ਕੱਟੀਏ, ਨਸ਼ੇ ਦੀ ਲੋਰੇ ਹੋਣ ਦੇ ਜਰਾ ਛਾਵੇਂ ਖਿੱਚ ਕੇ ਛੜੇ ਦਾ ਮੰਜਣਾ ਦਾ ਡੰਡਾ ਦਾ ਪੀ ਕੇ ਸੁਣ ਪਾ ਤੇਰਾ ਬੈਲੀਆਂ ਦੇ ਨਾਲ ਮਲਾ ਜਾ ਡੰਡਾ ਦਾ ਪੀ ਕੇ ਸੁਣ ਪਾ ਡੰਡਿਆਂ ਦਾ ਪੀ ਕੇ ਸੁਣ ਤੇਰਾ ਬੈਲੀਆਂ ਦੇ ਨਾਲ ਮਨਾ ਜਾ ਡੰਡਿਆਂ ਦਾ ਪੀ ਕੇ ਸੁਣ ਮੈਂ
ਨਾ ਜੇ ਤੂੰ ਤੱਕੇ ਚੱਲ ਜਾਂਦੀ ਜੱਟ ਦੇ ਸਾਡੇ ਨਾਲ ਇੱਕ ਵਾਰੀ ਮੇਲੇ ਵਿੱਚ ਸਾਡੇ ਨਾਲ ਇੱਕ ਵਾਰੀ ਮੇਲੇ ਵਿੱਚ ਜਾਂਦੀ ਵਾਰ ਲਾਉਲਾ ਮਾਲਾ ਦਾ ਡੰਡੀਆਂ ਦਾ ਪੀ ਕੇ ਸੁਲਤਾ ਤੇਰਾ ਬੈਲੀਆਂ ਦੇ ਨਾਲ ਮਲਾ ਦਾ ਡੰਡੀਆਂ ਦਾ ਪੀ ਕੇ ਸੁਲਫਾ ਪੈਸੇ ਦੇ ਕੇ ਜਾਂਦੇ ਆ ਨਾ ਬੋਲਣਾ ਬਹੁਤ ਜ਼ਰੂਰੀ ਹੁੰਦਾ ਦਾ ਕੋਈ ਇਸੇ ਤਰ੍ਹਾਂ ਪਰਮਾਤਮਾ ਮਿਹਰ ਕਰੇ ਸਰਦਾਰ ਕਰਨੈਲ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਜਿਨ੍ਹਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਸਕਾਰ ਮਿਲਿਆ ਸਰਦਾਰ ਪਰਮਿੰਦਰ ਸਿੰਘ ਜੀ ਸਰਦਾਰ ਹਰਨੇਕ ਸਿੰਘ ਜੀ ਐਂਡ ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ ਉਹ ਵੀ ਸਪੈਸ਼ਲ ਮਾਨ ਕਰਕੇ ਗਏ ਨੇ ਚੰਦ ਸਿੰਘ ਜੀ ਸਾਡੇ ਸਾਬਕਾ ਪੰਚਾਇਤ ਮੈਂਬਰ ਐਂਡ ਸਰਦਾਰ ਸੁਖਜਿੰਦਰ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਸਕਾਰ ਹੈ ਸਰਦਾਰ ਸੁਖਪਿੰਦਰ ਸਿੰਘ ਜੀ ਉਹ ਵੀ ਸਪੈਸ਼ਲ ਮਾਨ ਕਰਕੇ ਗਏ ਨੇ ਹੋਰ ਜਿੰਨਾ ਮਹਾਨ ਹਸਤੀਆਂ ਨੇ ਮਾਨ ਭੇਜਿਆ ਹੈ ਉਹਨਾਂ ਦਾ ਵੀ ਤਹਿ ਤੋਂ ਧੰਨਵਾਦ ਕਰਦੇ ਹਾਂ ਬਸ ਇੰਨਾ ਕੁ ਸਮਾਂ ਵਿੱਚ ਹੀ ਲੈਣਾ ਅੱਜ ਸਾਹ ਪੱਪੂ ਜੀ ਮੈਂ ਕਿਉਂਕਿ ਜਿਹੜੇ ਪੈਸੇ ਦੇ ਕੇ ਜਾਂਦੇ ਨਾ ਬੋਲਣਾ ਬਹੁਤ ਜ਼ਰੂਰੀ ਹੋ ਜਾਂਦਾ ਮੈਂ ਕਹਿੰਦਾ ਇਹਦੇ ਨਾਲ ਆਦਤ ਪੈ ਜਾਂਦੀ ਹੋਰ ਬੰਦਿਆਂ ਨੂੰ ਵੀ ਤੋ ਮਿਹਰਬਾਨੀ ਸ਼ੁਕਰੀਆ ਆਓ ਉਹੀ ਬਾਅਦ ਜੋ ਹਿੰਦਾਸ ਤੁਹਾਡੀ ਆਪਣੀ ਦੁਕਾਨਾਂ ਚੋਂ ਲਓ ਪੇਸ਼ ਕਰਨ ਲੱਗੇ ਤੁਹਾਡੀ ਸੇਵਾ ਵੀ ਥੋੜ੍ਹਾ ਸ਼ਰਫ ਕਰ ਦਿਓ ਹੈਲੋ ਕਿਉਂਕਿ ਮੇਰਾ ਪੱਲੇ ਗਲਾ ਖਰਾਬ ਆ ਥੋੜ੍ਹਾ ਹੈਲੋ 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 ਮੈਂ ਮਾਸੀ ਦੇ ਪਿੰਡ ਦੀ ਕਿਹੜਾ ਬੋਰਡ ਬਣਾ ਲਈ ਪਿਛ ਕਰ ਲਈ ਗੀਤ ਥੋੜੀ ਸੇਵਾ ਸੁਣ ਰਹੇ
ਵਿੱਚ ਵੀ ਵਾਰਾਂ ਕਿਹੜੇ ਗਲੀ ਤੇਰੀ ਦੇ ਮਾਰਾਂ, ਇੱਕ ਦਿਨ ਦੇ ਵਿੱਚ ਵੀ ਵਾਰਾਂ ਕਿਹੜੇ ਗਲੀ ਤੇਰੀ ਦੇ ਮਾਰਾਂ, ਆਈਆਂ ਨਜ਼ਰ ਜਦੋਂ ਸਰਕਾਰਾਂ, ਆਈਆਂ ਨਜ਼ਰ ਜਦੋਂ ਸਰਕਾਰਾਂ, ਟੈਨਸ਼ਨ ਪਾਉਣ ਲੱਗ ਪਿਆ ਨੇ ਉਹ ਮਾਸੀ ਦਾ ਉਹ ਭੂਆ ਦਾ ਉਹ ਮਾਸੀ ਦਾ ਹੁਣ ਤੈਨੂੰ ਉਹ ਮਾਸੀ ਦਾ ਪਿੱਤਰਾਂ ਤੋਂ ਵੱਧ ਆਉਣ ਲੱਗ ਪਿਆ ਨੀ ਤੈਨੂੰ ਮਾਸੀ ਦਾ ਪਿੱਤਰਾਂ ਤੋਂ ਵੱਧ ਆਉਣ ਲੱਗ ਪਿਆਰੀ ਪਿੰਡ ਸਾਰਾ ਖਾਲੀ ਵੇਖ ਜਵਾਰਾ ਲੱਗਦਾ ਏ ਪਿੰਡ ਸਾਰਾ ਕਹਿੰਦਾ ਸੱਚ ਕੁੜੀਏ ਕੰਡਿਆਰਾ ਕਹਿੰਦਾ ਸੱਚ ਕੁੜੀਏ ਕੰਡਿਆਰਾ ਦਿਲ ਕਬਰ ਆਉਣ ਲੱਗ ਪਿਆ ਓ ਮਾਸੀ ਦਾ ਓ ਮਾਸੀ ਦਾ ਮਿੱਤਰਾਂ ਤੋਂ ਵੱਧ ਆਉਣ ਲੱਗ ਪਿਆ ਓ ਮਾਸੀ ਦਾ ਮਿੱਤਰਾਂ ਤੋਂ ਵੱਧ ਆਉਣ ਲੱਗ ਪਿਆ ਮਾਸੀ ਦੇ ਪਿੰਡ ਦੀ ਕਿਹੜਾ ਬੋਟ ਬਣਾ ਲਈ ਵੇ
ਕਦਰਾਂ ਤੋਂ ਵਧੇ ਆਉਣ ਲੱਗ ਪਿਆ। ਤਾੜੀ ਤੂੜੀ ਮਾਰ ਦਿਓ, ਸੁਸਤ ਨਾ ਹੋਇਆ ਕਰੋ ਯਾਰ, ਤੁਹਾਡੇ ਨਾਲ ਤਾਂ ਸਾਨੂੰ ਸੁਸਤੀ ਪੈ ਜਾਂਦੀ ਹੈ। ਤਾੜੀਆਂ ਲਈ ਬਹੁਤ ਧੰਨਵਾਦ, ਮਿਹਰਬਾਨੀ। ਹਾਂਜੀ ਭੂਆ ਨੂੰ ਜੀ, ਬਾਪੂ ਵਾਲਾ ਭੂਆ ਨੂੰ ਘੱਲੋ, ਕੋਈ ਗੱਲ ਨਹੀਂ, ਇਹਨੂੰ ਪੇਸ਼ ਕਰਦੇ ਜੀ। ਅਗਲਾ ਜੀ ਤੁਹਾਡੀ ਸੇਵਾ, ਇੱਕ ਗੱਲ ਹੈ, ਬਜ਼ੁਰਗ ਤਾਂ ਕਹਿਣ, ਮੁੰਡੇ ਕਹਿੰਦੇ ਹਾਏ ਭੂਆ ਲਾ ਦਿਓ ਪਹਿਲਾਂ। ਸਬਹੁਤ ਰਹਿਣੀ ਹੈ ਬੀਬੋ ਭੂਆ ਸਾਡੇ ਦਰਬਾਰ ਪਹੁੰਚੀ ਹੈ, ਬਹੁਤ ਰਹਿਣੀ ਹੈ ਸਾਡੇ ਸਾਹ ਕਰਨੈਲ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਬਹੁਤ ਸਾਰਾ ਪਿਆਰ, ਸਰਦਾਰ ਪਰਮਿੰਦਰ ਸਿੰਘ ਜੀ, ਸਾਹ ਹਰਨੇਕ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਜੀ ਸਰਪੰਚ ਸਾਹਿਬ, ਐਂਡ ਸਰਦਾਰ ਚੰਦ ਸਿੰਘ ਜੀ ਸਾਬਕਾ ਮੈਂਬਰ, ਉਹ ਵੀ ਸਪੈਸ਼ਲ ਮਾਨ ਕਰਕੇ ਗਏ ਨੇ, ਸਰਦਾਰ ਜੀਤ ਸਿੰਘ ਜੀ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਸਕਾਰ ਹੈ। ਸਰਦਾਰ ਸ਼ਮਿੰਦਰ ਸਿੰਘ ਜੀ ਕੈਨੇਡਾ ਵਾਲੇ, ਉਹ ਵੀ ਸਪੈਸ਼ਲ ਮਾਨ ਕਰਕੇ ਗਏ ਨੇ, ਬਹੁਤ ਰਹਿਣੀ ਆ ਸਰਦਾਰ ਸ਼ਮਿੰਦਰ ਸਿੰਘ ਜੀ ਕੈਨੇਡਾ ਵਾਲੇ। ਇੱਧਰੋਂ ਸਰਦਾਰ ਹਰਦਿਆਲ ਸਿੰਘ ਜੀ ਸਾਬਕਾ ਸਰਪੰਚ, ਉਹਨਾਂ ਵੱਲੋਂ ਬਹੁਤ ਸਾਰਾ ਪਿਆਰ, ਬਹੁਤ ਸਾਰਾ ਮਾਸਕਾਰ ਮਿਲਿਆ। ਹੋਰ ਜਿਹਨਾਂ ਮਹਾਨ ਹਸਤੀਆਂ ਨੇ ਮਾਨ ਭੇਜਿਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸੋ ਇੱਕ ਸੌਂਗ ਤੋਂ ਬਾਅਦ, ਉਸ ਤੋਂ ਬਾਅਦ ਬੀਬੋ ਭੂਆ ਤੁਹਾਡੇ ਰੂਪ ਹਾਜ਼ਰ ਕਰਾਂਗੇ। ਸੋ ਨਾਲ ਦੀ ਨਾਲ ਬਿੱਟੂ ਖੰਨੇਵਾਲਾ ਅਤੇ ਮਿਸ ਸੁਰਮਣੀ ਦੁਗਾਨਾ ਜੋੜੀ ਵੀ ਸਾਡੇ ਦਰਮਿਆਨ ਪਹੁੰਚ ਚੁੱਕੀ ਹੈ, ਚੰਦ ਮਿੰਟਾਂ ਵਿੱਚ ਤੁਹਾਡੇ ਰੂਪ ਹਾਜ਼ਰ ਕਰਾਂਗੇ। ਉਸ ਤੋਂ ਪਹਿਲਾਂ ਗੁਜ਼ਾਰਿਸ਼ ਕਰੂੰਗਾ ਮੈਂ ਜਸਵੰਤ ਪੱਪੂ ਜੀ ਅਤੇ ਮੈਡਮ ਸਤਿੰਦਰ ਕੌਰ ਜੀ। ਠੀਕ ਹੈ ਜੀ, ਬੀਬੋ ਭੂਆ ਜੀ ਕਹਿੰਦੇ ਕਹਿੰਦੇ ਤੁਸੀਂ ਇੱਕ ਗਾਣਾ ਲਾ ਲਓ, ਉਦੋਂ ਬਾਅਦ ਮੈਨੂੰ ਟਾਈਮ ਦਿਓ। ਲਓ ਗੀਤ ਪੇਸ਼ ਕਰਨ ਲੱਗੇ ਹੈ ਸਾਡਾ ਇੱਕ ਬੜਾ ਹੀ ਪਿਆਰਾ ਸੌਂਗ ਹੈ, ਸੱਤ ਬੈਂਡ। ਇਸ ਸੌਂਗ ਨੂੰ ਜਿਹੜੇ ਨੌਜਵਾਨ ਪੀੜ੍ਹੀ ਬਹੁਤ ਪਸੰਦ ਕਰਦੀ ਹੈ, ਲਓ ਪੇਸ਼ ਕਰਨ ਲੱਗੇ ਹੈ ਸੱਤ ਬੈਂਡ ਤੁਹਾਡੀ ਸੇਵਾ 'ਚ। ਸੁਣੋ ਯਾਰ ਗੌਰ, ਥੋੜ੍ਹਾ ਵੈਸਟਰਨ ਹੈ। ਨਹੀਂ ਯਾਰ ਮੇਰੇ ਜਾਨ ਤੋਂ ਪਿਆਰੇ ਆਣ ਕੇ, ਆ ਯਾਰ ਮੇਰੇ ਜਾਨ ਤੋਂ ਪਿਆਰੇ ਆਣ ਕੇ, ਮੇਰੇ ਜਾਣ ਤੋਂ ਪਿਆਰੇ ਆਣ ਕੇ, ਓ ਯਾਰ ਮੇਰੇ ਜਾਣ ਤੋਂ ਪਿਆਰੇ ਆਣ ਕੇ, ਥੋੜ੍ਹਾ ਜਿਹਾ ਇੱਕੋ ਕਰਦੇ ਜੀ, ਇੱਕੋ ਕਰਦੇ ਥੋੜ੍ਹਾ ਜਿਹਾ ਡੋਰ ਬਣਾਉਂਦੇ।
ਕਵਾਜ ਮੈਨੂੰ ਸਟੇਜ ਤੇ ਘੱਟ ਸੁਣਦੀ ਆਵਾਜ਼। ਓ ਯਾਰ ਮੇਰੇ ਜਾਨ ਤੂੰ ਪਿਆਰੇ ਆਣ ਕੇ, ਓ ਯਾਰ ਮੇਰੇ ਜਾਨ ਤੂੰ ਪਿਆਰੇ ਆਣ ਕੇ, ਮੰਗਦੇ ਸੀ ਪਾਰਟੀ ਨੀ ਸਾਰੇ ਆਣ ਕੇ, ਆ ਮੰਗਦੇ ਸੀ ਪਾਰਟੀ ਨੀ ਸਾਰੇ ਆਣ ਕੇ, ਮੰਗਦੇ ਸੀ ਪਾਰਟੀ ਨੀ ਸਾਰੇ ਆਣ ਕੇ, ਸੌਣ ਲੱਗੇ ਖੁਸ਼ੀ ਦੀ ਕੋਈ ਹੱਦ ਨਾ ਰਹੀ, ਨੀ ਸੌਣ ਲੱਗੇ ਖੁਸ਼ੀ ਦੀ ਕੋਈ ਹੱਦ ਨਾ ਰਹੀ, ਤੇਰੀਆਂ ਵਧਾਈਆਂ ਦੇਣ ਬਹਿ ਗਏ ਜੱਟ ਨੂੰ, ਤੇਰੇ ਵੱਲ ਸੱਤ ਬੈਂਡ ਲੈ ਗਈ ਮਿੱਤਰਾ, ਕਲਮ ਦੇ ਠੇਕੇ ਉੱਤੇ ਲੈ ਗਏ ਜੱਟ ਨੂੰ, ਤੇਰੇ ਵੱਲ ਸੱਤ ਬੈਂਡ ਲੈ ਗਈ ਮਿੱਤਰਾ, ਕਲਮ ਦੇ ਠੇਕੇ ਉੱਤੇ ਲੈ ਗਏ ਜੱਟ ਨੂੰ। ਹੁਣ ਮੈਨੂੰ ਕਹਿੰਦੇ ਵੀ ਜੱਪਿਆ ਵੱਟ ਤੇ, ਹੋ ਗਿਆ ਏ ਰੱਬ ਮਿਹਰਬਾਨ ਜੱਟ ਤੇ, ਹੋ ਗਿਆ ਏ ਰੱਬ ਮਿਹਰਬਾਨ ਜੱਟ ਤੇ, ਮਾਰਦੀ ਆ ਤੇਰੇ ਉੱਤੋਂ ਜਾਨ ਨਖਰੂ, ਮਾਰਦੀ ਆ ਤੇਰੇ ਉੱਤੋਂ ਜਾਨ ਨਖਰੂ, ਵੱਡਿਆਂ ਨਸੀਬਾਂ ਵਾਲਾ ਕਹੀਏ ਜੱਟ ਨੂੰ, ਤੇਰੇ ਵਾਲੀ ਸੱਤ ਬੈਂਡ ਲਈ ਮਿੱਤਰਾ, ਕਲਮ ਦੇ ਠੇਕੇ ਉੱਤੇ ਲੈ ਗਏ ਜੱਟ ਨੂੰ, ਬੈਠੇ ਕਲਮ ਦੇ ਠੇਕੇ ਉੱਤੇ ਲੈ ਗਏ ਜੱਟ ਨੂੰ। ਲਲਕਾਰ ਵੱਜ ਗਏ, ਮਸਤੀ ਚ ਚਾਰ ਪੈਗ ਵੱਜ ਲੱਗ ਗਏ, ਮਾਫ ਕਰ ਮੈਥੋਂ ਲਲਕਾਰ ਵੱਜ ਗਏ, ਉਹ ਜਿਨ੍ਹਾਂ ਨਾਰਾਜ਼ ਨੀ ਮੈਂ ਜਾਜਾਂ ਪੱਟੀ,
ਉਹ ਜਿਨਾ ਨਾਰਾਜ਼ ਨੀ ਬਚਾ ਜਪਟੀਏ ਹੁਣ ਇਹ ਫਿਕਰ ਜਿਹੇ ਪੈ ਗਏ ਜੱਟ ਨੂੰ ਤੇਰੇ ਵਾਲੀ ਸੱਤ ਪਿੰਡ ਲੈ ਗਈ ਮਿੱਤਰਾ ਕੱਲ ਮੁੰਡੇ ਟਿੱਕੇ ਉੱਤੇ ਲੈ ਗਏ ਜੱਟ ਨੂੰ ਤੇਰੇ ਵਾਲੀ ਸੱਤ ਪਿੰਡ ਲੈ ਗਈ ਮਿੱਤਰਾ ਕੱਲ ਮੁੰਡੇ ਟਿੱਕੇ ਉੱਤੇ ਲੈ ਗਏ ਜੱਟ ਨੂੰ ਜੱਟ ਨੂੰ ਥੈਂਕ ਯੂ ਲਓ ਅਗਲਾ ਗੀਤ ਤੁਹਾਡੀ ਸੇਵਾ ਠੀਕ ਹੈ ਲਓ ਜੀ ਹੁਕਮ ਹੋਇਆ ਇੱਕ ਗੀਤ ਹੋਰ ਤੁਹਾਡੀ ਸੇਵਾ ਪੇਸ਼ ਕਰਕੇ ਉਸ ਤੋਂ ਬਾਅਦ ਮਾਫੀ ਚਾਹਾਂਗੇ ਉਸ ਤੋਂ ਬਾਅਦ ਸਾਡੇ ਸੀਬੂ ਭਾਈ ਤਿਆਰ ਬੈਠੇ ਆ ਇੱਕ ਗੀਤ ਪੇਸ਼ ਕਰਨ ਲੱਗੇ ਹੈ ਬਾਪੂ ਜੀ ਆ ਗਿਆ ਹਾਂਜੀ ਅੱਛਾ ਅੱਛਾ ਲਓ ਜੀ ਕਹਿੰਦੇ ਪਹਿਲਾਂ ਬੀਬੀ ਭੂਨ ਲਿਆਓ ਤਾਂ ਉਦੋਂ ਬਾਅਦ ਤੁਸੀਂ ਗਾਇਓ ਲਓ ਜੋ ਤੁਹਾਡੀ ਮਰਜ਼ੀ ਹੈ ਬੀਬੀ ਭੂਨ ਸੁਮੇਹ ਬਾਣੀ ਸ਼ੁਕਰੀਆ ਵੈਸੇ ਬਹੁਤ ਰਹਿਣੀਆਂ ਸਾਰੇ ਦੋਸਤਾਂ ਮਿੱਤਰਾਂ ਦਾ ਪਿਤਾ ਸਮਾਨ ਬਜ਼ੁਰਗ ਬੈਠੇ ਸਮੂਹ ਮੇਲਾ ਕਮੇਟੀ ਗ੍ਰਾਮ ਪੰਚਾਇਤ ਨਗਰ ਨਿਵਾਸੀ ਲਖਮੀਰਪੁਰਾ